ਕੀ ਤੁਸੀਂ ਜਾਣਦੇ ਹੋ ਸਮੋਸੇ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ ਹੈ? ਟੁੱਥਪਿਕ ਦੇ ਪਿੱਛੇ ਦੇ ਹਿੱਸੇ ਦਾ ਕੀ ਕੰਮ ਹੁੰਦਾ ਹੈ? ਟ੍ਰੇਨ ਦੇ ਵਿੱਚ ਸਾਨੂੰ ਇੰਨੀ ਜ਼ਿਆਦਾ ਨੀਂਦ ਕਿਉਂ ਆਉਂਦੀ ਹੈ? ਸਿਟੀ ਦੇ ਅੰਦਰ ਇਹ ਬਾਲ ਕਿਉਂ ਹੁੰਦੀ ਹੈ? ਅਜਿਹੀ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋਟ ਟੀਵੀ। ਇਸ ਇਨਸਾਨ ਦਾ ਫੋਨ ਬਾਂਦਰਾਂ ਦੀਆਂ ਸੈਲਫੀਆਂ ਦੇ ਨਾਲ ਭਰਿਆ ਪਿਆ ਸੀ। ਜਦੋਂ ਇਹ ਇਨਸਾਨ ਜੰਗਲ ਦੇ ਵਿੱਚ ਘੁੰਮ ਰਿਹਾ ਸੀ ਤਾਂ ਇਸ ਦਾ ਫੋਨ ਜੰਗਲ ਦੇ ਵਿੱਚ ਗੁਆਚ ਜਾਂਦਾ ਹੈ ਤੇ ਇਸ ਦੇ ਕਾਫੀ ਲੱਭਣ ਤੇ ਵੀ ਉਹ ਇਸ ਨੂੰ ਨਹੀਂ ਮਿਲਦਾ। ਪਰ ਉਸ ਤੋਂ ਕੁਝ ਦਿਨਾਂ ਬਾਅਦ ਜਦੋਂ ਇਹ ਬੰਦਾ ਫਿਰ ਤੋਂ ਜੰਗਲ ਦੇ ਵਿੱਚ ਘੁੰਮਣ ਜਾਂਦਾ ਹੈ ਤਾਂ ਉੱਥੇ ਉਸ ਨੂੰ ਆਪਣਾ ਪੁਰਾਣਾ ਫੋਨ ਪਿਆ ਲੱਭ ਜਾਂਦਾ ਹੈ। ਜਦੋਂ ਇਸ ਨੇ ਆਪਣੇ ਫੋਨ ਨੂੰ ਚਾਰਜ ਕਰਕੇ ਦੇਖਿਆ ਤਾਂ ਇਸ ਨੂੰ ਪਤਾ ਲੱਗਿਆ ਕਿ ਇਸ ਦਾ ਫੋਨ ਜੰਗਲ ਦੇ ਵਿੱਚ ਬਾਂਦਰਾਂ ਦੇ ਹੱਥ ਲੱਗ ਗਿਆ ਸੀ। ਇਸ ਤੋਂ ਬਾਅਦ ਬਾਂਦਰਾਂ ਨੇ ਇਸ ਦੇ ਫੋਨ ਦੇ ਵਿੱਚ ਇੰਨੀਆਂ ਜ਼ਿਆਦਾ ਸੈਲਫੀਆਂ ਲਈਆਂ ਕਿ ਇਸ ਦੀ ਸਾਰੀ ਗੈਲਰੀ ਭਰ ਗਈ ਤੇ ਇਹ ਸਾਰੇ ਦੀਆਂ ਸਾਰੀਆਂ ਫੋਟੋਆਂ ਇਸ ਦੇ ਫੋਨ ਦੇ ਵਿੱਚ ਸੇਵ ਸਨ। ਜੇਕਰ ਤੁਸੀਂ ਕਿਤੇ ਭੀੜ ਭਾੜ ਵਾਲੀ ਜਗ੍ਹਾ ਤੇ ਜਾਂਦੇ ਹੋ ਤੇ ਤੁਹਾਡੇ ਨਾਲ ਕੋਈ ਛੋਟਾ ਬੱਚਾ ਵੀ ਹੈ ਤਾਂ ਤੁਸੀਂ ਆਪਣੇ ਮੋਬਾਈਲ ਨੰਬਰ ਦਾ ਇੱਕ ਬ੍ਰੇਸਲੇਟ ਬਣਾ ਕੇ ਆਪਣੇ ਬੱਚੇ ਦੇ ਹੱਥ ਦੇ ਵਿੱਚ ਪਾ ਦਿਓ ਤਾਂ ਕਿ ਭੀੜ ਦੇ ਵਿੱਚ ਜੇਕਰ ਤੁਹਾਡਾ ਬੱਚਾ ਇੱਧਰ ਉੱਧਰ ਹੋ ਜਾਵੇ ਤਾਂ ਉਸ ਬ੍ਰੇਸਲੇਟ ਨੂੰ ਦੇਖ ਕੇ ਕੋਈ ਤੁਹਾਡੇ ਨਾਲ ਕੰਟੈਕਟ ਕਰ ਲਵੇਗਾ ਤੇ ਤੁਹਾਨੂੰ ਤੁਹਾਡਾ ਬੱਚਾ ਮਿਲ ਜਾਵੇਗਾ। ਤੁਸੀਂ ਬ੍ਰੈਡ ਨੂੰ ਵੀ ਇਰੇਜ਼ਰ ਦੀ ਤਰ੍ਹਾਂ ਵਰਤ ਸਕਦੇ ਹੋ। ਪਹਿਲਾਂ ਦੇ ਸਮੇਂ ਦੇ ਵਿੱਚ ਪੈਨਸਲ ਦੇ ਲਿਖੇ ਨੂੰ ਮਿਟਾਉਣ ਦੇ ਲਈ ਬ੍ਰੈਡ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਤੇ ਇਸ ਤੋਂ ਬਾਅਦ ਫਿਰ ਰਬੜ ਦੀ ਖੋਜ ਹੋਈ ਤੇ ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਰਬੜ ਬ੍ਰੈਡ ਦੇ ਨਾਲੋਂ 20 ਗੁਣਾ ਜ਼ਿਆਦਾ ਵਧੀਆ ਕੰਮ ਕਰਦੀ ਹੈ। ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਨੇ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ। ਇਹ ਕਾਫੀ ਜ਼ਿਆਦਾ ਇੰਟਰਸਟਿੰਗ ਫੈਕਟ ਹੈ ਕਿ ਜੇਕਰ ਤੁਸੀਂ ਆਪਣੇ ਮੂੰਹ ਦੇ ਅੰਦਰ ਦੋ ਸਟ੍ਰੋ ਪਾਉਂਦੇ ਹੋ, ਇੱਕ ਸਟ੍ਰੋ ਤੁਹਾਡਾ ਗਲਾਸ ਦੇ ਅੰਦਰ ਹੈ ਤੇ ਦੂਜਾ ਬਾਹਰ ਹੈ, ਤੁਸੀਂ ਕਿੰਨੀ ਵੀ ਕੋਸ਼ਿਸ਼ ਕਰ ਲਓ ਤੁਸੀਂ ਸਟ੍ਰੋ ਰਾਹੀਂ ਕੁਝ ਵੀ ਨਹੀਂ ਪੀ ਸਕੋਗੇ, ਕਿਉਂਕਿ ਜਦੋਂ ਅਸੀਂ ਸਟ੍ਰੋ ਦੇ ਰਾਹੀਂ ਪਾਣੀ ਜਾਂ ਜੂਸ ਪੀਂਦੇ ਹਾਂ ਤਾਂ ਅਸੀਂ ਵੈਕਿਊਮ ਜਾਂ ਕਈ ਸ਼ਕਸ਼ਨ ਦੀ ਵਰਤੋਂ ਕਰਦੇ ਹਾਂ, ਪਰ ਜਦੋਂ ਤੁਹਾਡਾ ਇੱਕ ਸਟ੍ਰੋ ਗਲਾਸ ਦੇ ਵਿੱਚੋਂ ਬਾਹਰ ਹੈ ਤਾਂ ਤੁਹਾਡੇ ਮੂੰਹ ਦੇ ਵਿੱਚ ਵੈਕਿਊਮ ਨਹੀਂ ਬਣੇਗਾ, ਇਸ ਕਰਕੇ ਤੁਸੀਂ ਜੂਸ ਜਾਂ ਪਾਣੀ ਨਹੀਂ ਪੀ ਸਕੋਗੇ। ਪੁਰਾਣੇ ਸਮੇਂ ਦੇ ਵਿੱਚ ਲੋਕ ਮਰੇ ਹੋਏ ਸਿਪਾਹੀਆਂ ਦੀਆਂ ਕਈਆਂ ਸੋਲਜਰ ਦੇ ਦੰਦ ਕੱਢ ਲੈਂਦੇ ਸਨ। ਅੱਜ ਦੇ ਸਮੇਂ ਦੇ ਵਿੱਚ ਜੇਕਰ ਕਿਸੇ ਨੇ ਨਵੇਂ ਦੰਦ ਲਵਾਉਣੇ ਹੋਣ ਤਾਂ ਉਸ ਨੂੰ ਪ੍ਰੋਸਥੈਟਿਕ ਦੰਦ ਲੱਗ ਜਾਂਦੇ ਨੇ, ਜਿਹੜੇ ਕਿ ਆਰਟੀਫੀਸ਼ੀਅਲ ਹੁੰਦੇ ਨੇ। ਪਰ ਪਹਿਲਾਂ ਦੇ ਸਮੇਂ ਦੇ ਵਿੱਚ ਆਰਟੀਫੀਸ਼ੀਅਲ ਦੰਦ ਨਹੀਂ ਹੁੰਦੇ ਸਨ, ਉਦੋਂ ਮਰੇ ਹੋਏ ਸਿਪਾਹੀਆਂ ਦੇ ਮੂੰਹ ਦੇ ਵਿੱਚੋਂ ਦੰਦ ਕੱਢ ਲਏ ਜਾਂਦੇ ਸਨ ਤੇ ਜਿਸ ਇਨਸਾਨ ਦੇ ਦੰਦ ਖਰਾਬ ਹੁੰਦੇ ਸਨ ਉਹ ਸਿਪਾਹੀਆਂ ਦੇ ਦੰਦ ਉਸ ਜਗ੍ਹਾ ਤੇ ਲਗਾ ਦਿੱਤੇ ਜਾਂਦੇ ਸਨ। KGF ਦੇ ਸਟਾਰ ਯਸ਼ ਨੇ ਹਾਲ ਹੀ ਦੇ ਵਿੱਚ ਇੱਕ $multi-million ਦੀ ਪਾਨ ਮਸਾਲਾ ਦੀ ਐਡ ਕਰਨ ਨੂੰ ਮਨਾ ਕਰ ਦਿੱਤਾ। ਇਹ ਐਡ ਕਰਨ ਦੇ ਲਈ ਉਹਨਾਂ ਨੂੰ ਕਾਫੀ ਜ਼ਿਆਦਾ ਪੈਸੇ ਦਾ ਆਫਰ ਦਿੱਤਾ ਗਿਆ ਸੀ, ਪਰ ਯਸ਼ ਨੇ ਸਾਫ਼-ਸਾਫ਼ ਇਹ ਕੰਪਨੀ ਨੂੰ ਮਨਾ ਕਰ ਦਿੱਤਾ ਕਿ ਮੈਂ ਕਿਸੇ ਵੀ ਅਜਿਹੀ ਚੀਜ਼ ਦੀ ਐਡ ਨਹੀਂ ਕਰੂੰਗਾ ਜਿਸ ਦੇ ਨਾਲ ਕਿਸੇ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਹੋਵੇ। ਤੁਸੀਂ ਮਠਿਆਈ ਦੇ ਉੱਪਰ ਸਿਲਵਰ ਕਲਰ ਦੀ ਚੀਜ਼ ਹਮੇਸ਼ਾ ਦੇਖੀ ਹੋਣੀ ਹੈ, ਇਹ ਅਸਲੀ ਚਾਂਦੀ ਤੋਂ ਹੀ ਬਣਦੀ ਹੈ, ਪਰ ਇਸ ਨੂੰ ਬਣਾਉਣ ਦੇ ਪ੍ਰੋਸੈਸ ਨੂੰ ਦੇਖ ਕੇ ਕਈ ਵੈਜ ਲੋਕ ਇਸ ਨੂੰ ਬਿਲਕੁਲ ਵੀ ਨਹੀਂ ਖਾਂਦੇ। ਇੱਕ ਅਸਲੀ ਕੇਲੇ ਦੇ ਵਿੱਚ ਅਸਲ ਦੇ ਵਿੱਚ ਇੰਨੇ ਜ਼ਿਆਦਾ ਬੀਜ ਹੁੰਦੇ ਹਨ। ਅਸੀਂ ਜਿਹੜੇ ਕੇਲੇ ਖਾਂਦੇ ਹਾਂ ਉਹਨਾਂ ਨੂੰ ਆਰਟੀਫੀਸ਼ੀਅਲ ਬਰੀਡ ਕੀਤਾ ਗਿਆ ਹੈ। ਪਹਿਲਾਂ ਦੇ ਸਮਿਆਂ ਦੇ ਵਿੱਚ ਕੇਲੇ ਕੁਝ ਇਸ ਤਰ੍ਹਾਂ ਦੇ ਹੁੰਦੇ ਸਨ, ਇਹਨਾਂ ਦੇ ਅੰਦਰ ਬਹੁਤ ਵੱਡੇ ਵੱਡੇ ਬੀਜ ਹੁੰਦੇ ਸਨ। ਇਨਸਾਨ ਦੇ ਖਾਣ ਲਾਇਕ ਬਣਾਉਣ ਦੇ ਲਈ ਕੇਲੇ ਨੂੰ ਜੈਨੇਟਿਕਲੀ ਮੋਡੀਫਾਈ ਕੀਤਾ ਗਿਆ ਹੈ। ਤੁਸੀਂ ਆਮ ਹੀ ਦੇਖਿਆ ਹੋਣਾ ਹੈ ਕਿ ਰਸਤੇ ਦੇ ਆਲੇ ਦੁਆਲੇ ਜਾਂ ਕਈ ਰੋਡ ਦੇ ਆਲੇ ਦੁਆਲੇ ਜਿਹੜੇ ਦਰਖਤ ਹੁੰਦੇ ਨੇ ਉਹਨਾਂ ਦੇ ਵਿੱਚ ਕਦੇ ਵੀ ਕੋਈ ਫਲਾਂ ਦਾ ਦਰਖਤ ਨਹੀਂ ਹੁੰਦਾ। ਇਸ ਦੇ ਪਿੱਛੇ ਕੀ ਕਾਰਨ ਹੈ ਇਹ ਕੋਈ ਨਹੀਂ ਜਾਣਦਾ। ਤੁਸੀਂ ਵੀ ਇਹ ਚੀਜ਼ ਨੋਟ ਕੀਤੀ ਹੋਣੀ ਹੈ ਕਿ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਸਮੇਂ ਸਾਨੂੰ ਨੀਂਦ ਕਾਫ਼ੀ ਜ਼ਿਆਦਾ ਆਉਂਦੀ ਹੈ। ਅਸਲ ਦੇ ਵਿੱਚ ਜਿਹੜੀਆਂ ਟ੍ਰੇਨ ਦੀਆਂ ਸੀਟਾਂ ਹੁੰਦੀਆਂ ਨੇ ਉਹ ਟ੍ਰੇਨ ਦੇ ਚੱਲਣ ਦੇ ਨਾਲ ਹਲਕੀਆਂ ਹਲਕੀਆਂ ਹਿਲਦੀਆਂ ਰਹਿੰਦੀਆਂ ਨੇ, ਕਿਉਂਕਿ ਉਹਨਾਂ ਨੂੰ ਡਿਜ਼ਾਈਨ ਹੀ ਇਸ ਤਰ੍ਹਾਂ ਕੀਤਾ ਗਿਆ ਹੁੰਦਾ ਹੈ। ਜ਼ਿਆਦਾਤਰ ਟ੍ਰੇਨ ਦੀ ਸਪੀਡ 1.2 ਹਰਟਜ਼ ਹੁੰਦੀ ਹੈ, ਇੰਨੀ ਹੀ ਸਾਡੇ ਦਿਲ ਦੀ ਧੜਕਣ ਹੁੰਦੀ ਹੈ, ਇਸ ਲਈ ਸਾਡੇ ਸਰੀਰ ਨੂੰ ਇਹ ਮਾਹੌਲ ਕੰਫਰਟੇਬਲ ਲੱਗਦਾ ਹੈ ਤੇ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ। ਜਪਾਨ ਦੇ ਵਿੱਚ ਇੱਕ ਕਾਫੀ ਕਮਾਲ ਦੀ ਜਗ੍ਹਾ ਹੈ ਜਿੱਥੇ ਬਰਫ਼, ਰੇਤਾ ਤੇ ਪਾਣੀ ਤਿੰਨੋਂ ਇੱਕ ਜਗ੍ਹਾ ਤੇ ਆ ਕੇ ਮਿਲਦੇ ਨੇ ਤੇ ਇਹ ਪੂਰੀ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਜਗ੍ਹਾ ਹੈ। ਪਿਛਲੇ ਸਾਲ ਇਹ ਖਬਰ ਆਈ ਸੀ ਕਿ ਗੂਗਲ USA ਤੋਂ ਬਾਹਰ ਆਪਣਾ ਇੱਕ ਬਹੁਤ ਵੱਡਾ ਕੈਂਪਸ ਬਣਾਉਣ ਜਾ ਰਹੀ ਹੈ, ਉਹ ਵੀ ਇੰਡੀਆ ਦੇ ਹੈਦਰਾਬਾਦ ਦੇ ਵਿੱਚ। ਆਪਣੇ ਕੈਂਪਸ ਦੇ ਵਿੱਚ ਗੂਗਲ 1000 ਕਰੋੜ ਇਨਵੈਸਟ ਕਰੇਗਾ ਤੇ 6000 ਤੋਂ ਜ਼ਿਆਦਾ ਲੋਕਾਂ ਨੂੰ ਹਾਈ ਕਲਾਸ ਜੌਬ ਦੇਵੇਗਾ। ਇਹ 1982 ਦੀ ਸਮਾਰਟ ਵਾਚ ਹੈ ਜਿਸ ਦੇ ਵਿੱਚ TV ਆਉਂਦਾ ਸੀ। ਇਸ ਵਾਚ ਨੂੰ ਸੀਕੋ ਕੰਪਨੀ ਨੇ 1982 ਦੇ ਵਿੱਚ ਲਾਂਚ ਕੀਤਾ ਸੀ। ਵਾਚ ਦੇ ਨਾਲ ਇੱਕ ਛੋਟਾ ਜਿਹਾ ਸੈਟਅਪ ਵੀ ਆਉਂਦਾ ਸੀ ਜਿਸ ਦੇ ਕਾਰਨ ਹੀ ਇਹ ਵਾਚ ਦੇ ਵਿੱਚ TV ਚੱਲਦਾ ਸੀ। ਸ਼ਹਿਰਾਂ ਵਿੱਚ ਜਾਂ ਫੋਰਨ ਦੇ ਵਿੱਚ ਜਦੋਂ ਵੀ ਕੋਈ ਦੁੱਧ ਲੈਂਦਾ ਹੈ ਤਾਂ ਦੁੱਧ ਦਾ ਪੈਕਟ ਖੋਲ੍ਹਣ ਦੇ ਸਮੇਂ ਉਹ ਇਸ ਦੇ ਛੋਟੇ ਜਿਹੇ ਹਿੱਸੇ ਨੂੰ ਕੱਟ ਕੇ ਸਿੱਟ ਦਿੰਦਾ ਹੈ। ਇਹ ਦੁੱਧ ਦੇ ਪੈਕਟ ਦਾ ਜਿਹੜਾ ਹਿੱਸਾ ਤੁਸੀਂ ਕੱਟ ਕੇ ਸਿੱਟਦੇ ਹੋ ਇਹ ਸਾਡੀ ਧਰਤੀ ਤੇ ਹਜ਼ਾਰਾਂ ਸਾਲਾਂ ਬਾਅਦ ਵੀ ਨਹੀਂ ਗਲੇਗਾ। ਇਸ ਦੀ ਸਭ ਤੋਂ ਬੁਰੀ ਗੱਲ ਤਾਂ ਇਹ ਹੈ ਕਿ ਇਹ ਛੋਟਾ ਜਿਹਾ ਹਿੱਸਾ ਰੀਸਾਈਕਲ ਵੀ ਨਹੀਂ ਹੋ ਸਕਦਾ, ਕਿਉਂਕਿ ਦੁੱਧ ਦਾ ਪੂਰਾ ਪੈਕਟ ਤਾਂ ਰੀਸਾਈਕਲ ਹੋ ਜਾਵੇਗਾ ਪਰ ਇਹ ਛੋਟਾ ਜਿਹਾ ਹਿੱਸਾ ਕਿਸੇ ਵੀ ਹਾਲ ਦੇ ਵਿੱਚ ਰੀਸਾਈਕਲ ਨਹੀਂ ਹੋਵੇਗਾ ਤੇ ਇਹ ਹਮੇਸ਼ਾ ਲਈ ਸਾਡੀ ਧਰਤੀ ਤੇ ਕਚਰਾ ਬਣ ਕੇ ਪਿਆ ਰਹੇਗਾ। ਹੁਣ ਤੁਹਾਨੂੰ ਦੱਸਦਿਆਂ ਜੀ ਟੁੱਥਪਿਕ ਦੇ ਪਿੱਛੇ ਦੇ ਹਿੱਸੇ ਦਾ ਕੀ ਕੰਮ ਹੁੰਦਾ ਹੈ। ਮਤਲਬ ਕਿ ਜਿਵੇਂ ਤੁਸੀਂ ਕੁਝ ਖਾ ਪੀ ਰਹੇ ਹੋ ਤੇ ਤੁਸੀਂ ਇੱਕ ਵਾਰ ਤਾਂ ਟੁੱਥਪਿਕ ਨੂੰ ਵਰਤ ਲਿਆ, ਉਸ ਤੋਂ ਬਾਅਦ ਤੁਸੀਂ ਥੋੜੇ ਟਾਈਮ ਬਾਅਦ ਉਸ ਨੂੰ ਫਿਰ ਤੋਂ ਵਰਤਣਾ ਹੈ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਰੱਖ ਸਕਦੇ ਹੋ ਇਸ ਦੇ ਸਟੈਂਡ ਤੇ। ਇਸ ਦੇ ਨਾਲ ਮੂੰਹ ਦੇ ਵਿੱਚ ਜਾਣ ਵਾਲਾ ਟੁੱਥਪਿਕ ਦਾ